ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਜਿਹੜਾ ਹਮਲਾ ਕੀਤਾ ਗਿਆ ਹਜੂਮ ਵੱਲੋਂ ਬਹੁਤ ਹੀ ਘਿਨਾਉਣੀ ਘਟਨਾ ਹੈ, ਜਿਸ ਦੀ ਸਮੂਹ ਸਿੱਖ ਜਗਤ ਵੱਲੋਂ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ। ਸਿੱਖ ਪੰਥ ਨਾ ਕੋ ਬੈਰੀ ਨਾ ਕੋ ਬੇਗਾਨਾ ਦੇ ਸਿਧਾਂਤ 'ਤੇ ਚੱਲਦੇ ਹਾਂ, ਸਰਬ ਸਾਂਝੀ ਵਾਲਤਾ ਦੇ ਉੱਤੇ ਪਰਨਾਈ ਹੋਈ ਇਹ ਸਿੱਖ ਕੌਮ। ਨਨਕਾਣਾ ਸਾਹਿਬ 'ਤੇ ਹਮਲਾ ਇੱਕ ਕਿਸਮ ਦੇ ਨਾਲ ਅਸੀਂ ਇਹ ਤਸੱਵਰ ਕਰਦੇ ਹਾਂ ਕਿ ਸਿੱਖ ਕੌਮ 'ਤੇ ਹੀ ਹਮਲਾ ਹੈ। ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦੇ ਹਾਂ ਕਿ ਉਹ ਹਮ ਰੁਤਬਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਤੁਰੰਤ ਗੱਲ ਕਰਨ, ਅਤੇ ਜਿਨ੍ਹਾਂ ਨੇ ਪੱਥਰਬਾਜ਼ੀ ਕੀਤੀ ਹੈ ਗੁਰੂ ਘਰ ਦੇ ਉੱਤੇ ਉਹਨਾਂ ਉੱਤੇ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇ, ਔਰ ਇਹ ਵੀ ਯਕੀਨੀ ਬਣਾਉਣ ਕਿ ਉੱਥੋਂ ਜਿਹੜੇ ਗੁਰਦੁਆਰਾ ਸਾਹਿਬ ਔਰ ਸਿੱਖ ਸੰਗਤਾਂ ਦੇ ਜਾਨ ਮਾਲ ਦੀ ਰਾਖੀ ਜਿਹੜੀ ਸੁਰੱਖਿਆ ਉਹ ਯਕੀਨੀ ਬਣਾਉਣ। ਇਸ ਤੋਂ ਇਲਾਵਾ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਗੁਰਪੁਰਬ ਦੇ ਜਿਹੜੇ ਸਿੱਖ ਜਥੇ ਜਾ ਰਹੇ ਨੇ ਜਾਂ ਜਾਣੇ ਨੇ, ਉਹਨਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ 'ਤੇ ਅਸੀਂ ਅਪੀਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਜੀ, ਨਨਕਾਣਾ ਸਾਹਿਬ 'ਤੇ ਕੱਲ੍ਹ ਪਥਰਾਅ ਹੋਇਆ ਆ, ਤੁਹਾਡੇ ਕੀ ਵਿਚਾਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਅਸੀਂ ਕੱਲ੍ਹ ਦੇਖਿਆ ਕਿ ਜੋ ਬਹੁਤ ਮੰਦਭਾਗੀ ਘਟਨਾ ਹੈ, ਜੋ ਹੋਇਆ ਇਹ ਹੋਣਾ ਨਹੀਂ ਚਾਹੀਦਾ। ਵੈ ਸਾਡਾ ਗੁਰੂਆਂ ਦਾ ਜਨਮ ਸਥਾਨ ਹੈ, ਜੋ ਵੀ ਰਾਜਨੀਤੀ ਪਾਰਟੀਆਂ ਇਹ ਕਰਵਾ ਰਹੀਆਂ ਗਲਤ ਹੈ ਜੀ। ਬਾਕੀ ਜੀ ਬਾਬਾ ਨਾਨਕ ਜਾਣਦਾ ਜੀ ਸਭ ਕੁਛ, ਜੋ ਉਹਨਾਂ ਨੇ ਇੱਕ ਸਿੱਖ ਹੋਣ ਦੇ ਨਾਤੇ ਤੁਸੀਂ ਕੀ ਸਮਝਦੇ ਸੀ? ਸਿੱਖ ਹੋਣ ਦੇ ਨਾਤੇ ਜੀ ਗੁਰਦੁਆਰਾ ਸਾਡਾ ਸਿੱਖਾਂ ਦਾ ਜਨਮ, ਗੁਰੂਆਂ ਦਾ ਜਨਮ ਸਥਾਨ ਆ ਜੀ, ਬਹੁਤ ਮੰਦਭਾਗੀ ਘਟਨਾ ਸਮਝਦੇ ਆ ਇਹ। ਮਤਲਬ ਉਹਦੇ ਉਹ ਜੇ ਉਹਨੇ ਕੀਤੀ ਹੈ ਘਟਨਾ, ਤਾਂ ਇਹਦੇ ਪਿੱਛੇ ਜਾਂ ਕੋਈ ਗੱਲਬਾਤ ਹੋਊਗੀ ਜਾਂ? ਇਹਦੇ ਪਿੱਛੇ ਜੀ ਸਿੱਖਾਂ ਦੀ ਕੁੜੀ ਨੂੰ ਘਰੋਂ ਚੱਕ ਕੇ ਜ਼ਬਰਦਸਤੀ ਉਹਨਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ, ਅਤੇ ਇਹ ਤਾਂ ਗਲਤ ਹੈ ਨਾ ਜੀ। ਇੱਕ ਦੂਸਰੇ ਦੇਸ਼ ਵਿੱਚ ਰਹਿ ਜੇ ਸਿੱਖ, ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਜੀ ਇਹਨਾਂ ਧਿਆਨ ਰੱਖਣਾ ਇਹ ਗੱਲਾਂ ਦਾ ਜੀ। ਬਹੁਤ ਬਹੁਤ ਮਿਹਰਬਾਨੀ। ਜੋ ਨਨਕਾਣਾ ਸਾਹਿਬ 'ਤੇ ਪਥਰਾਓ ਕੀਤਾ ਗਿਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸਿੱਖਾਂ ਨੂੰ ਆਪਣੇ ਧਰਮ 'ਤੇ ਰਹਿਣਾ ਚਾਹੀਦਾ, ਕਿਉਂ ਇਹੋ ਜਿਹੀਆਂ ਵਧੀਕੀਆਂ ਕਰਦੇ ਨੇ, ਇਹ ਨਹੀਂ ਹੋਣੀਆਂ ਚਾਹੀਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਤਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਨਕਾਣਾ ਸਾਹਿਬ ਵਿੱਚ ਜੋ ਵੇਖੀਆਂ ਕੱਲ੍ਹ ਦੀਆਂ ਵੀਡੀਓ, ਅਤੇ ਉਹ ਮੈਂ ਇੱਕ ਸਵੇਰੇ ਵੀ ਇੱਕ ਨਵੀਂ ਵੀਡੀਓ ਵੇਖੀ ਆ ਜੀ, ਜੋ ਕਿ ਇਸ ਤੋਂ ਅਲੱਗ ਆ ਜੀ। ਇਹ ਕੱਲ੍ਹ ਜੋ ਵਿਖਾਇਆ ਗਿਆ ਵਾ, ਉਸ 'ਤੇ ਇੱਕ ਮੁਸਲਮਾਨ ਆਪਣੇ ਵੀਰ ਨੇ ਇੱਕ ਵੀਡੀਓ ਪਾਈ ਆ ਜੀ, ਜੋ ਅੱਜ ਕੱਲ੍ਹ ਨਿਊਜ਼ 'ਚ ਵਿਖਾਇਆ ਜਾ ਉਹ ਸਭ ਗਲਤ ਵਿਖਾ ਰਿਹਾ। ਇੱਕ ਵੀਰ ਨੇ ਪਾਈ ਆ ਕਿ ਉਸ ਦੀ ਜਿਹੜੀ ਲੜਾਈ ਆ ਉਹ ਇੱਕ ਚਾਹ 'ਤੇ ਬੈਠੀ ਦੁਕਾਨ 'ਤੇ ਹੋਈ ਆ, ਜੋ ਉਹਦਾ ਆਪਸੀ ਮਾਮਲਾ ਆ ਜੀ। ਪਰ ਉਸਨੇ ਆਪਣਾ ਗਲਤ ਬੋਲ ਕੇ ਆਪਣੇ ਸਾਰੇ ਧਰਮਾਂ ਬਾਰੇ, ਅਤੇ ਉਹਨੇ ਆਪਣਾ ਖਰਾਬ ਕੀਤਾ ਆ, ਉਸਨੇ ਆਪਣਾ ਗਲਤ ਯੂਜ਼ ਕੀਤਾ, ਜੋ ਮੰਦਭਾਗੀ ਘਟਨਾ ਆ, ਮੰਦਭਾਗੀ ਘਟਨਾ ਜੀ। ਤੁਸੀਂ ਕੀ ਸਮਝਦੇ ਕਿ ਉਹਨੇ ਜੋ ਲੋਕੀ ਜੋ ਪ੍ਰਚਾਰ ਹੋ ਰਿਹਾ ਕਿ ਉਹਨੇ ਪਥਰਾਅ ਨਹੀਂ ਕੀਤਾ? ਹਾਂਜੀ, ਉਹਨੇ ਪਥਰਾਅ ਨਹੀਂ ਕੀਤਾ ਨਨਕਾਣਾ ਸਾਹਿਬ 'ਤੇ? ਕੀਤਾ ਤਾਂ ਹੈ, ਪਰ ਉਹਨਾਂ ਨੇ ਲੋਕਾਂ ਨੂੰ ਭੜਕਾ ਕੇ ਕੀਤਾ ਆ, ਉਕਸਾਇਆ ਗਿਆ, ਉਕਸਾਇਆ ਗਿਆ, ਇਹ ਗਲਤ ਗੱਲ ਆ। ਕੀ ਕਹਿਣਾ ਚਾਹੁੰਦੇ ਫਿਰ ਤੁਸੀਂ ਸਰਕਾਰਾਂ ਨੂੰ? ਸਰਕਾਰਾਂ ਨੂੰ ਤਾਂ ਇਹ ਕਹਿਣਾ ਚਾਹੁੰਦੇ ਵੀ ਜੋ ਵੀ ਉਸ 'ਤੇ ਕਾਰਵਾਈ ਹੋਣੀ ਚਾਹੀਦੀ, ਜੋ ਸਹੀ ਫੈਸਲਾ ਹੋ, ਕਿਉਂਕਿ ਮੈਂ ਜੋ ਵੀਡੀਓ ਵੇਖੀ ਆ, ਜੋ ਮੁਸਲਮਾਨ ਆਪਣੇ ਭਰਾ ਨੇ ਸੱਚਾਈ ਦੱਸੀ ਆ, ਉਹ ਸਾਰਿਆਂ ਨੂੰ ਵੇਖਣੀ ਚਾਹੀਦੀ ਆ ਵੀ ਕੀ ਸੱਚ ਆ ਜੋ ਗਲਤ ਆ। ਬਹੁਤ ਮਾੜੀ ਹੋਈ ਹੈ ਜੀ ਘਟਨਾ, ਇਹਦੀ ਜਿੰਨੀ ਵੱਧ ਤੋਂ ਵੱਧ ਨਿਖੇਧੀ ਕਰਨੀ ਚਾਹੀਦੀ ਸਾਨੂੰ, ਅਤੇ ਇਹ ਮਤਲਬ ਸਾਡੇ ਸਿੱਖ ਕੌਮ ਵਾਸਤੇ ਇੱਕ ਬੜੀ ਮਤਲਬ ਦੁਖਦਾਈ ਘਟਨਾ ਹੈ।
ਸਿੱਖ ਤਾਂ ਵੇਖੋ ਇੰਨੇ ਉੱਥੇ ਕਰ ਰਹੇ ਆ, ਸੇਵਾ ਕਰ ਰਹੇ ਪੂਰੀ ਦੁਨੀਆ 'ਤੇ ਹੀ, ਅਤੇ ਇਹ ਤੁਸੀਂ ਸਮਝਦੇ ਕਿ ਉਹ ਘਟਨਾ ਦੇ ਪਿੱਛੇ ਕੋਈ ਗੱਲਬਾਤ ਹੋਊਗੀ ਜਾਂ ਵੈਸੇ ਹੀ ਹੋ ਗਈ ਹੈ? ਨਹੀਂ, ਹੋਣੀ ਚਾਹੀਦੀ ਹੈ ਜੀ। ਸਾਡੀ ਸਰਕਾਰ ਨੂੰ ਕੋਈ ਮਤਲਬ ਸਟੈਪ ਇਹੋ ਜਿਹਾ ਲੈਣਾ ਚਾਹੀਦਾ ਜਿਹੜੀ ਦੁਬਾਰਾ ਇਸ ਇਹੋ ਜਿਹੀ ਘਟਨਾ ਦੁਬਾਰਾ ਵਾਪਰ ਨਾ ਸਕੇ। ਬਿਲਕੁਲ, ਹਾਂਜੀ, ਨਹੀਂ ਬਹੁਤ ਮਾੜੀ ਗੱਲ ਹੋਈ ਆ, ਮਾੜੀ ਘਟਨਾ ਆ, ਅਤੇ ਉਹਨਾਂ ਨੂੰ ਚਾਹੀਦਾ ਗੌਰਮੈਂਟ ਨੂੰ ਕੋਈ ਘੱਟ ਗਿਣਤੀਆਂ ਦੀ ਰਾਖੀ ਕਰਨ ਉੱਥੇ, ਅਤੇ ਸਾਡੇ ਜਿਹੜੇ ਬੰਦੇ ਉੱਥੇ ਜੇ ਕੋਈ ਫਸਿਆ ਵੀ ਅੰਦਰ ਤਾਂ ਉਹਨੂੰ ਛੱਡਣ ਜੀ, ਅਤੇ ਪਾਕਿਸਤਾਨ ਦੀ ਗੌਰਮੈਂਟ ਨੂੰ ਚਾਹੀਦਾ ਕਿ ਘੱਟ ਗਿਣਤੀਆਂ ਦੇ ਹੱਕ ਦੇ ਵਿੱਚ ਉਹਨਾਂ ਦੀ ਪੁਲਿਸ ਪਹਿਰਾ ਦੇਵੇ ਜੀ, ਇੰਨਾ ਹੀ ਕਹਿਣਾ ਚਾਹੁੰਦਾ ਮੈਂ। ਇੱਕ ਤਾਂ ਹੀ ਵੇਖੋ ਉਸ ਦਿਨ ਉਹਨਾਂ ਨੇ ਵੇਖੋ ਕਰਤਾਰਪੁਰ ਸਾਹਿਬ ਇੰਨੀ ਫੋਰਸ ਲਾਤੀ ਅਤੇ ਕਿਸੇ ਮੋਨਾ ਬੰਦਾ ਵੀ ਉੱਧਰ ਜਾਊਗਾ ਨਹੀਂ, ਖਤਰਾ ਆ, ਅਤੇ ਦੂਸਰੇ ਬੰਨੇ ਨਨਕਾਣਾ ਸਾਹਿਬ ਮਤਲਬ ਉਸ ਦੂਜੇ ਗੁਰਦੁਆਰੇ ਉਹਨਾਂ ਦੀ ਕੋਈ ਫਰਜ਼ ਨਹੀਂ ਬਣਦਾ। ਉਹ ਕਈ ਵਾਰੀ ਗੌਰਮੈਂਟ ਨੂੰ ਪਤਾ ਨਹੀਂ ਨਾ ਹੁੰਦਾ ਕੀ ਹੋ ਰਿਹਾ, ਜੇ ਲੋਕਲ 40-50 ਬੰਦੇ ਇਕੱਠੇ ਹੋ ਕੇ ਮੁਜ਼ਾਹਰਾ ਕਰਨ ਚੱਲ ਗਿਆ, ਜ਼ਰੂਰੀ ਨਹੀਂ ਵੀ ਗੌਰਮੈਂਟ ਨੂੰ ਹਰ ਵੇਲੇ ਪਤਾ ਹੋਵੇ ਕਿ ਇੱਥੇ ਕੁਛ ਹੋਣਾ ਆ। ਉਹ ਤਾਂ ਇੱਕ ਕੇਸ ਹੋਇਆ ਸੀ ਉਹਦੇ ਕਰਕੇ ਲੋਕ ਆਏ, ਪਰ ਗੌਰਮੈਂਟ ਨੂੰ ਗਾਂਹ ਵਾਸਤੇ ਉਹਦਾ ਕੋਈ ਕਰਨਾ ਚਾਹੀਦਾ ਇੰਤਜ਼ਾਮ। ਬੀਇੰਗ ਏ ਸਿੱਖ, ਤੁਸੀਂ ਕੀ ਸਰਕਾਰ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ? ਕਿਹੜੀ ਸਰਕਾਰ ਨੂੰ? ਪਾਕਿਸਤਾਨ ਦੋਵਾਂ ਸਰਕਾਰਾਂ ਨੂੰ। ਬਲ ਇੱਥੇ ਦੀ ਸਰਕਾਰ ਤਾਂ ਉੱਥੇ ਕੁਛ ਕਰ ਨਹੀਂ ਨਾ ਸਕਦੀ, ਉਹਨਾਂ 'ਤੇ ਪ੍ਰੈਸ਼ਰ ਪਾ ਸਕਦੀ ਆ। ਪਾਕਿਸਤਾਨ ਦੀ ਸਰਕਾਰ ਨੂੰ ਚਾਹੀਦਾ ਵੀ ਜਿਹੜੀਆਂ ਮਿਨੋਰਟੀਆਂ, ਜੇ ਉਹਨਾਂ ਦੇ ਇੱਦਾਂ ਦੇ ਖਤਰੇ ਆ, ਜਗ੍ਹਾ ਦੇ ਖਤਰਾ ਆ, ਤਾਂ ਉੱਥੇ ਪਹਿਰਾ ਲਾਉਣ ਜੀ, ਕਮ ਸੇ ਕਮ ਥੋੜ੍ਹਾ ਬਹੁਤਾ ਪਹਿਰਾ ਹੋਵੇ, ਕੋਈ ਬੰਦਾ ਆ ਕੇ ਤਾਂ ਪੱਥਰ ਮਾਰੇ ਕੁਛ ਨਾ ਕਰ ਸਕੇ ਜੀ। ਹਾਂਜੀ, ਇੰਨੀ ਕਹਿਣਾ ਚਾਹੁੰਦਾ ਜੀ। ਹਾਂਜੀ, ਵਾਹਿਗੁਰੂ, ਵਾਹਿਗੁਰੂ। ਹਾਂਜੀ, ਵੇਖੋ ਜੀ, ਨਾ ਅਸੀਂ ਇੰਡੀਆ 'ਚ ਸੇਫ ਅਤੇ ਨਾ ਪਾਕਿਸਤਾਨ ਦੇ ਵਿੱਚ, ਅਤੇ ਹੁਣ ਫਿਰ ਸਿੱਖ ਜਾਊ ਕਿੱਥੇ? ਤੁਸੀਂ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਜਾਂ ਆਪਣਾ ਮੈਸੇਜ ਕੀ ਦੇਣਾ ਚਾਹੁੰਦੇ ਆ? ਮੈਸੇਜ ਸਿੱਖ ਤੁਹਾਨੂੰ ਕਿਸ ਤਰ੍ਹਾਂ ਲੱਗਾ ਵੀ ਇਹ ਕਿਉਂ ਹੋਇਆ? ਮੈਸੇਜ ਇਹੀ ਆ ਕਿ ਵੇਖੋ ਜੀ, ਅਸੀਂ ਤਾਂ ਵਰਲਡ ਵਾਈਡ ਸਿੱਖ ਸੇਵਾ ਹੀ ਕਰਦੇ ਆ ਦੁਨੀਆ ਦੀ, ਅਤੇ ਉਹਨਾਂ ਨੂੰ ਹੁਣ ਸਰਕਾਰਾਂ ਨੂੰ ਵੇਖਣਾ ਚਾਹੀਦਾ ਕਿ ਸਿੱਖਾਂ ਲਈ ਵੀ ਕੁਝ ਕਰਨ, ਹਰ ਬੰਨੇ ਧੱਕਾ ਥੋੜ੍ਹੀ ਨਾ ਚਾਹੀਦਾ ਜੀ। ਮਿਹਰਬਾਨੀ। ਕੱਲ੍ਹ ਸਰ ਉਹ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ ਨਨਕਾਣਾ ਸਾਹਿਬ, ਉਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ। ਇੱਕ ਤਾਂ ਉੱਥੇ ਸਿੱਖ ਵੈਸੇ ਹੀ ਘੱਟ ਗਿਣਤੀ 'ਚ ਹੈਗੇ ਨੇ, ਉੱਥੋਂ ਦੀ ਸਰਕਾਰ ਨੂੰ ਚਾਹੀਦਾ ਕਿ ਉੱਥੇ ਗੁਰਦੁਆਰਾ ਸਾਹਿਬ ਦੀ ਸਿੱਖਾਂ ਦੀ ਘੱਟ ਗਿਣਤੀਆਂ ਦੀ ਬਕਾਇਦਾ ਰਾਖੀ ਕੀਤੀ ਜਾਵੇ। ਬਹੁਤ ਮੰਦਭਾਗੀ ਘਟਨਾ ਵਾਪਰੀ ਹੈ, ਬੜਾ ਦੁੱਖ ਹੋਇਆ ਹੈ ਸੁਣ ਕੇ। ਠੀਕ ਹੈ, ਤੁਸੀਂ ਬੀਇੰਗ ਏ ਸਿੱਖ, ਤੁਸੀਂ ਕੀ ਕਹਿਣਾ ਚਾਹੁੰਦੇ ਜੋ ਕੱਲ੍ਹ ਨਨਕਾਣਾ ਸਾਹਿਬ ਹੋਇਆ? ਵੀਰ ਜੀ, ਵੇਖੋ, ਸਾਡੇ ਸਿੱਖੀ ਧਰਮ ਵਿੱਚ ਵੈਸੇ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਹੈਗੇ ਨੇ ਗੁਰੂ ਸਾਹਿਬ। ਇਹਦੇ 'ਚ ਆਪਣਾ ਜੇ ਕੋਈ ਆਪਣਾ ਮੁਸਲਿਮ ਵੀ ਅਗਰ ਆਪਣਾ ਇਹਨੂੰ ਧਿਆਨ ਨਾਲ ਪੜ੍ਹੇ ਤਾਂ ਉਹ ਕਹੇਗਾ ਸਾਡੇ ਵੀ ਗੁਰੂ ਹੈਗੇ ਨੇ, ਕਿਉਂਕਿ ਉਹਦੇ 'ਚ ਫਰੀਦ ਜੀ ਦੀ ਵੀ ਬਾਣੀ ਹੈਗੀ ਹੈ, ਉਹਦੇ 'ਚ ਕਿਸੇ ਆਪਣਾ ਇਸ ਤਰ੍ਹਾਂ ਨਹੀਂ ਹੈਗਾ ਵੀ ਸਿੱਖਾਂ ਦੀ ਬਾਣੀ ਹੈਗੀ ਹੈ, ਰਵਿਦਾਸ ਜੀ ਦੀ ਬਾਣੀ ਹੈਗੀ ਨੇ, ਜਿਹੜੇ ਆਪਣਾ ਕਬੀਰ ਜੀ ਦੀ ਬਾਣੀ ਹੈਗੀ ਹੈ। ਇਸ ਕਰਕੇ ਸਰਬ ਸਾਂਝੀ ਵਾਲਤਾ ਦੇ ਗੁਰੂ ਹੈਗੇ ਨੇ। ਇਹਦੇ 'ਚ ਆਪਣਾ ਉਹਨਾਂ ਨੂੰ ਖੁਦ ਵੇਖਣਾ ਚਾਹੀਦਾ ਵੀ ਆਪਣੇ ਇੱਕ ਬਗੀਚਾ ਹੈਗਾ ਵੀ ਬਗੀਚੇ 'ਚ ਆਪਣਾ ਫੁੱਲ ਲੱਗੇ ਨੇ, ਅੰਬ ਲੱਗਾ ਹੋਇਆ, ਬੂਟੇ ਲੱਗੇ ਨੇ, ਮਿਰਚਾਂ ਲੱਗੀਆਂ ਨੇ, ਆਪਣਾ ਪਰਮਾਤਮਾ ਨੇ ਹਰ ਕਿਸੇ ਨੂੰ ਆਪਣੀ ਆਪਣੀ ਅਲੱਗ ਹੋਂਦ ਦਿੱਤੀ ਹੋਈ ਹੈ। ਉਹਨਾਂ ਨੂੰ ਹੁਣ ਕੋਈ ਆਪਣਾ ਕਹੇ ਵੀ ਆਪਣਾ ਜਿਹੜਾ ਉਸੇ ਬਗੀਚੇ 'ਚ ਜਾਮਨ ਲੱਗਾ ਹੈ, ਜਾਮਨ ਆਪਣਾ ਸ਼ੂਗਰ ਨੂੰ ਠੀਕ ਕਰਦਾ ਹੋਵੇ ਅਤੇ ਮਿੱਠਾ ਜਿਹੜਾ ਅੰਬ ਵਧਾਉਂਦਾ ਹੋਵੇ। ਜੇ ਆਪਣਾ ਕੋਈ ਕਹੇ ਵੀ ਆਪਣਾ ਵੀ ਜਾਮਨ ਦਾ ਬੂਟਾ ਕਹੇ ਵੀ ਮੈਂ ਵੀ ਅੰਬ ਬਣ ਜਾਵਾਂ ਅਤੇ ਅੰਬ ਕਹੇ ਵੀ ਮੈਂ ਜਾਮਨ ਦਾ ਰੂਪ ਲੈ ਲਾਂ, ਉਹਦਾ ਕੋਈ ਫਰਕ ਨਹੀਂ ਹੋਣਾ ਚਾਹੀਦਾ। ਤੁਹਾਡੀ ਆਪਣਾ ਆਈਡੈਂਟੀ ਮੁਬਾਰਕ, ਸਾਨੂੰ ਆਪਣੀ ਆਈਡੈਂਟੀ ਮੁਬਾਰਕ, ਸਾਰਿਆਂ ਨੂੰ ਆਪਣੀ ਆਈਡੈਂਟੀ ਮੁਬਾਰਕ ਹੈ। ਤੁਸੀਂ ਆਪਣਾ ਪਹਿਲੇ ਮਨੁੱਖ ਮਨੋ, ਇੱਥੇ ਮਨੁੱਖਾਂ ਨੂੰ ਮਨੁੱਖ ਮਿਲਣੇ ਮੁਸ਼ਕਿਲ ਹੋ ਗਏ ਨੇ। ਇਨਸਾਨੀਅਤ ਕੀ ਹੈਗੀ ਹੈ? ਇਨਸਾਨੀਅਤ ਦੇ ਹਿਸਾਬ ਨਾਲ ਚੱਲਣ ਔਰ ਆਪਣਾ ਸਹੀ ਤਰੀਕੇ ਨਾਲ ਚੱਲਣ। ਆਪਣਾ ਵੇਖੋ, ਕਿਸੇ ਨੇ ਆਪਣਾ ਕੋਈ ਜਿਹੜਾ ਗਲਤ ਹੈਗੀਆਂ ਨੇ, ਸਿਰਫ ਪੋਲੀਟੀਸ਼ੀਅਨਸ ਦਾ ਕੰਮ ਹੈਗਾ ਵੇ ਸਿਰਫ ਆਪਣਾ ਗਲਤ ਤਰੀਕੇ ਨਾਲ ਆਪਣਾ ਤੂਲ ਦੇਣ ਵਾਲੀ ਗੱਲ ਹੈਗੀ ਹੈ। ਅਤੇ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਹੈਗੀ ਹੈ ਵੀ ਆਪਣਾ ਜਿੱਧਰ ਵੀ ਕੋਈ ਲੋੜ ਹੁੰਦੀ ਹੈ ਅਤੇ ਲੋੜ ਵੇਲੇ ਆਪਣਾ ਸਿੱਖ ਭਰਾ ਸਾਰੇ ਆਪਣਾ ਪਹੁੰਚ ਜਾਂਦੇ ਨੇ, ਹਰ ਕਿਸੇ ਦੀ ਮਦਦ ਕਰਦੇ ਹੈਗੇ ਨੇ, ਉਹ ਬਿਨਾਂ ਵੇਖੇ ਆਪਣਾ ਮਦਦ ਕਰਦੇ ਨੇ। ਗੁਰੂ ਸਾਹਿਬ ਨੇ ਸਿਧਾਂਤ ਹੀ ਆ ਦਿੱਤਾ ਹੋਇਆ, ਅਤੇ ਮੇਰੀ ਹੱਥ ਜੋੜ ਕੇ ਇਹ ਬੇਨਤੀ ਹੈਗੀ ਹੈ ਵੀ ਸ਼ਾਂਤੀ ਬਣਾਈ ਰੱਖਣ ਅਤੇ ਆਪਣਾ ਅੱਲਾ ਦਾ ਨਾਮ ਲੈਣ। ਉਹਨਾਂ ਨੂੰ ਮੁਬਾਰਕ ਹੈਗਾ, ਝਗੜੇ 'ਚ ਕੁਛ ਨਹੀਂ ਪਿਆ ਹੋਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਜਿਹੜਾ ਪਥਰਾਵ ਉਹਨਾਂ ਨੇ ਕੀਤਾ ਹੈ, ਨਨਕਾਣਾ ਸਾਹਿਬ ਨਿੰਦਣ ਜੋ ਘਟਨਾ ਹੈ, ਮਹਾਰਾਜ ਦਾ ਬਚਨ ਹੈ। ਮਹਾਰਾਜ ਤਾਂ ਕਹਿੰਦੇ ਆ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਅਤੇ ਸਭ ਜਗ ਉਪਜ, ਕੌਣ ਭਲੇ ਕੋ ਮੰਦੇ। ਮਹਾਰਾਜ ਜੀ ਨੇ ਤਾਂ ਉਪਦੇਸ਼ ਦਿੱਤਾ ਹੈ ਕਿ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਇੱਕ ਜੋਤ ਹੈ ਅਕਾਲ ਪੁਰਖ ਦੀ। ਜੇ ਉਹਨਾਂ ਨੇ ਇੱਕ ਪਥਰਾਵ ਦਾ ਟਕਰਾਵ ਕੀਤਾ ਹੈ ਨਨਕਾਣਾ ਸਾਹਿਬ 'ਤੇ, ਤਾਂ ਮੈਂ ਸਮਝਦਾ ਹਾਂ ਕਿ ਇਹ ਉਹਨਾਂ ਨੇ ਆਪਣੇ ਆਪ 'ਤੇ ਪੱਥਰ ਸੁੱਟੇ ਨੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਚਾਰ ਉਦਾਸੀਆਂ ਕੀਤੀਆਂ ਨੇ ਸਾਰੀ ਸ੍ਰਿਸ਼ਟੀ ਨੂੰ ਇੱਕ ਸੱਚ ਦੇ ਨਾਲ ਜੋੜਨ ਦੇ ਲਈ। ਅਤੇ ਜੇ ਉਹਦੇ ਘਰ ਨੂੰ ਅਵਲ ਤਾਂ ਸਾਰੀ ਸ੍ਰਿਸ਼ਟੀ ਜਿਹੜਾ ਬ੍ਰਹਿਮੰਡ ਹੈ ਇਹ ਨਾਨਕ ਦਾ ਘਰ ਹੈ, ਨਾਨਕ ਆਪ ਨਿਰੰਕਾਰ ਹੈ। ਅਤੇ ਜਿਹੜੀ ਇਹ ਉਹਨਾਂ ਨੇ ਘਟਨਾ ਕੀਤੀ ਹੈ ਕਾਫੀ ਨਿੰਦਣ ਯੋਗ ਹੈ, ਅਤੇ ਇਹਦਾ ਜਵਾਬ ਖਾਲਸਾ ਦੇਵੇਗਾ। ਮੈਂ SDPC ਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਵੀ ਤਤਪਰ ਹੋ ਕਰਕੇ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜੋ ਸੰਗਤੋਂ ਗੁਰੂ ਮਹਾਰਾਜਾ ਪਾਕਿਸਤਾਨ ਵਿੱਚ ਜੋ ਨਨਕਾਣਾ ਸਾਹਿਬ 'ਤੇ ਵਰਤ ਰਿਹਾ ਹੈ, ਬਹੁਤ ਮੰਦਭਾਗੀ ਘਟਨਾ ਵਾਪਰ ਰਹੀ ਹੈ। ਸਾਡੇ ਸਿੱਖ ਜਿਹੜੇ ਨੇ ਬਹੁਤ ਦੁੱਖ ਦੇ ਵਿੱਚ ਨੇ। ਮੁਸਲਮਾਨ ਜਿਹੜੇ ਹੈ ਉਹ ਕਹਿ ਰਹੇ ਨੇ, ਮਤਲਬ ਨਾਅਰੇ ਲਾ ਰਹੇ ਨੇ, ਅਸੀਂ ਇਹਨੂੰ ਨਨਕਾਣਾ ਸਾਹਿਬ ਤੋਂ ਮੁਖਬਰੀ ਸਾਹਿਬ ਦਾ ਅਹੁਦਾ ਨੂੰ ਨਿਸ਼ਾਨ ਦੇਵਾਂਗੇ, ਅਸੀਂ ਨਨਕਾਣਾ ਸਾਹਿਬ ਦਾ ਨਹੀਂ ਨਿਸ਼ਾਨ ਦੇਵਾਂਗੇ। ਸਾਡੇ ਵਾਸਤੇ ਬਹੁਤ ਮੰਦਭਾਗੀ ਘਟਨਾ ਹੈ। ਇੱਕ ਸਿੱਖ ਹੋਣ ਨਾਤੇ ਕੀ ਕਹੋਗੇ? ਇੱਕ ਸਿੱਖ ਹੋਣ ਦੇ ਨਾਤੇ ਤਾਂ ਅਸੀਂ ਜੇ ਜਾਨ ਵੀ ਦਿੱਤੀ ਜਾਊਗੀ ਤਾਂ ਅਸੀਂ ਦੇਵਾਂਗੇ। ਹਾਂਜੀ, ਅਸੀਂ ਸਿੱਖ ਹਾਂ, ਸਾਡੇ ਵਾਸਤੇ ਸਾਡੇ ਗੁਰੂਆਂ ਨੇ ਬਹੁਤ ਕੁਛ ਕੀਤਾ ਹੋਇਆ ਵਾ, ਅਸੀਂ ਉਹਨਾਂ ਦੇ ਮਗਰ ਸ਼ਹੀਦੀਆਂ ਪਾਉਣ ਨੂੰ ਤਿਆਰ ਹਾਂ। ਜੇ ਸਾਡੀ ਉੱਥੇ ਲੋੜ ਹੋਵੇ ਸਾਨੂੰ ਸੱਦ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਸੇ ਸਭ ਜਗ ਉਪਜੇ, ਕੌਣ ਭਲੇ ਕੋ ਮੰਦੇ। ਸੋ ਤੁਸੀਂ ਸਾਰਿਆਂ ਵੇਖਿਆ ਆ ਕਿ ਜੋ ਸਿੱਖਾਂ ਦੇ ਵਿਚਾਰ ਆ, ਉਹਨਾਂ ਨੇ ਆਖਿਆ ਕਿ ਗੁਰਬਾਣੀ ਜੋ ਵਾ ਉਹ ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਧਰਮਾਂ ਦੀ ਗੁਰਬਾਣੀ ਸਾਂਝੀ ਆ। ਜੇ ਅਗਰ ਉਹ ਮੁਸਲਮ ਨੇ ਉੱਥੇ ਅੱਗੇ ਪੱਥਰ ਮਾਰੇ ਆ ਤਾਂ ਉਹਨੇ ਹੀ ਆਪਣੇ ਧਰਮ ਦੇ ਬਰਖਲਾਫ ਹੋ ਕੇ ਹੀ ਪੱਥਰ ਮਾਰੇ ਆ। ਸਿੱਖਾਂ ਦੀ ਕਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਗੀ, ਜੋ ਗੁਰੂ ਦੇ ਸਿੱਖ ਆ ਪੂਰੀ ਦੁਨੀਆ ਦੇ ਵਿੱਚ ਛਾਏ ਪਏ ਆ, ਉਹਨਾਂ ਦਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਅਤੇ ਹੁਣ ਵੀ ਸਾਡੀ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ। ਅਗਰ ਉਹਨੇ ਪਥਰਾਓ ਕੀਤਾ ਆ ਤਾਂ ਉਹਨੇ ਆਪਣੀ ਹੀ ਗੁਰਬਾਣੀ, ਆਪਣੀ ਹੀ ਕੁਰਾਨ 'ਤੇ ਪਥਰਾਓ ਕੀਤਾ ਆ। ਮੈਂ ਹਰਿੰਦਰ ਵੇਰਕਾ ਦੇ ਨਾਲ ਵਜ਼ੀਰ ਮੂਦਲ, ਆਵਾਜ਼ੇ ਕੌਮ TV, ਅੰਮ੍ਰਿਤਸਰ।